ਮੈਂ ਗੁਰਪ੍ਰੀਤ ਕੋਹਲੀ ਤੇ ਰਾਤ ਦੇ 1 ਵਜੇ ਆਪਾਂ ਤਾਂ ਅਸੀਂ ਕੱਛ ਦੇ ਜੰਗਲ ਦੇ ਵਿੱਚ ਮੌਜੂਦ ਆ ਤੇ ਸਾਡੇ ਆਹ ਦੇਖ ਲਓ ਇੱਥੇ ਮੰਜਾ ਸਾਡੇ ਭਰਾਵਾਂ ਦਾ ਕੱਛ ਵਾਲਿਆਂ ਦਾ ਤੇ ਆਪਾਂ ਗੱਲ ਕਰਕੇ ਬਾਈ ਸਾਡੇ ਮੋਗੇ ਵਾਲੇ ਯਾਰ ਬੇਲੀ ਠੀਕ ਹੈ ਪੰਜਾਬੀ ਜਿੱਥੇ ਵੀ ਜਾਂਦੇ ਆ ਆਪਦੇ ਮੈਂ ਕਹਿੰਦਾ ਪਿਆਰ ਨਾਲ ਉੱਥੇ ਇੱਕ ਪੰਜਾਬ ਵਸਾ ਲੈਂਦੇ ਆ ਠੀਕ ਹੈ ਤੇ ਇਹ ਸਾਡੇ ਸਾਰੇ ਗੁਲਾਮ ਬਾਈ ਵਰਗੇ ਸਾਰੇ ਜਿਹੜੇ ਭਰਾ ਨੇ ਤੇ ਹਜੇ ਇਹਨਾਂ ਨੇ ਬਹੁਤ ਮੈਂ ਕਹਾਂ ਇਹ ਮਿਹਨਤ ਕਰਕੇ ਰਾਤ ਦੇ ਮੰਨ ਲਾ 1 ਵਜੇ ਜਿਹੜਾ ਹੈਗਾ ਜੰਗਲ ਚ ਮੰਗਾ ਲਾਇਆ ਜਿਹਨੂੰ ਕਹਿੰਦਾ ਜੰਗਲ ਚ ਮੰਗਲ ਤੁਹਾਨੂੰ ਦਿਖਾਉਣਾ ਜੰਗਲ ਚ ਮੰਗਲ ਤਾਂ ਇੱਥੇ ਪਹਿਲਾਂ ਜਿਹੜਾ ਹੈਗਾ ਚੁੱਲ੍ਹਿਆਂ ਤੇ ਜਿਹੜਾ ਇਹਨਾਂ ਨੇ ਜਿਹੜਾ ਹੈਗਾ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਜਿਹੜਾ ਇਹਨਾਂ ਦਾ ਟ੍ਰੈਡੀਸ਼ਨ ਹੈ ਠੀਕ ਆ ਮਟਨ ਬਣਾਇਆ ਤੇ ਉਦੋਂ ਬਿਨਾਂ ਆਪਾਂ ਗੱਲ ਕਰੇ ਚੌਲ ਬਣਾਏ ਤੇ ਜਿਹਨੂੰ ਕਹਿੰਦੇ ਆਪਾਂ ਇਹਨਾਂ ਦੀ ਬਿਰਿਆਨੀ ਹੋ ਗਈ ਹੈ ਨਾ ਤੇ ਉਹ ਤੋਂ ਬਿਨਾਂ ਮੈਂ ਕਹਾਂ ਵੀ ਖਾਣ ਦਾ ਨਜ਼ਾਰਾ ਇਹੀ ਆ ਵੀ ਹੁਣ ਦੇਖ ਲਓ ਇੰਨੇ ਸਵਾਦ ਆ ਵੀ ਸਾਰੇ ਇਹਨੇ ਚੱਟ ਕੇ ਦੂਜਾ ਦੇ ਦੇਣੇ ਠੀਕ ਹੈ ਯਾਰ ਇਧਰਲੇ ਪਾਸੇ ਇਹ ਸਾਡੇ ਗੁਲਾਮ ਬਾਈ ਆ ਠੀਕ ਹੈ ਇਹ ਸਾਡੇ ਬੇਲੀ ਦੇ ਯਾਰ ਆ ਮੇਰੇ ਦੇ ਇਹ ਵੀ ਬਾਈ ਸਾਰੇ ਮੋਗੇ ਤੋਂ ਨੇ ਕਿੱਧਰ ਗਿਆ ਆਪਣਾ ਬਾਈ ਆ ਗਿਆ ਬਾਈ ਇਹਦੇ ਕਰਕੇ ਸਾਰਾ ਕੁਝ ਅਰੇ ਮੇਰੇ ਕਾ ਹਨਾ ਤਾਂ ਬੜਾ ਵਧੀਆ ਲੱਗਿਆ ਮੈਂ ਕਿਹਾ ਵੀ ਇਹ ਜਿਹੜਾ ਇਹ ਕਹਿੰਦੇ ਵੀ ਮੈਨੂੰ ਅਸੀਂ ਮੰਨ ਲਾ ਪੈਸੇ ਦਾ 6 ਮਹੀਨੇ ਪਹਿਲਾਂ ਵੀ ਗੱਲ ਸੀ ਤੇ ਮੈਂ ਰਾਸਤਾਂ ਦਾ ਟੂਰ ਸੀਗਾ ਉਦੋਂ ਕਦੇ ਆਇਆ ਨਹੀਂ ਗਿਆ ਤੇ ਅੱਜ ਕੱਲ ਬਾਈ ਨਾ ਹੋਈ ਮੈਂ ਕਿਹਾ ਵੀ ਕਹਿੰਦੇ ਮੈਂ ਕਿਹਾ ਚਲਾਵਾਂਗੇ ਇਹ ਕਹਿੰਦਾ ਫਿਰ ਕਿੱਥੇ ਖਾਣਾ ਮੈਂ ਕਿਹਾ ਵੀ ਕਹਿੰਦਾ ਵੀ ਹੋਟਲ 'ਚ ਖਾਣਾ ਤੇ ਜੰਗਲ 'ਚ ਮੈਂ ਕਿਹਾ ਫਿਰ ਹੋਟਲਾਂ 'ਚ ਤਾਂ ਖਾ ਹੀ ਲੈਂਦੇ ਹੁੰਦੇ ਬੰਦੇ ਜੰਗਲੋਂ ਮੈਂ ਮੰਗਲ ਲਗਾਉਣੇ ਵਾਲੇ ਹਮਾਰੇ ਗੁਲਾਮ ਭਾਈ ਗੁਲਾਮ ਭਾਈ ਦਾ ਪੂਰਾ ਖਾਨਦਾਨ ਹੈ ਦੋਸਤ ਮਿੱਤਰ ਉਹਨਕੇ ਬੱਚੇ ਜੋ ਮੰਨ ਲਓ ਉਹਨਾਂ ਦੇ ਕੰਮ ਕਰ ਰਹਾ ਨਾ ਪੂਰਾ ਸ਼ਰੀਕਾ ਕਬੀਲਾ ਜਿਹਨੂੰ ਆਪਾਂ ਕਹਿੰਦੇ ਨੇ ਪੰਜਾਬੀ 'ਚ ਹਨਾ ਤਾਂ ਉਵੇਂ ਆ ਤੇ ਰਾਤ ਨੂੰ ਇੱਥੇ ਗੁਆਂਢ ਸਾਡੇ ਮਗਰਮੱਛ ਵੀ ਬਹੁਤ ਰਹਿੰਦੇ ਆ ਇਹ ਸਭ ਤੋਂ ਵੱਡੀ ਗੱਲ ਆ ਯਾਰ ਇੱਕ ਗੱਲ ਆ ਵੀ ਆਹ ਦੇਖੋ ਸਾਰੇ ਜਿਹੜੇ ਮੇਰੇ ਅੱਧੀਆਂ ਹਨਾ ਆਹ ਪਾਇਆ ਨੀਕਰ ਮੱਛਰ ਖਾ ਜਾਂਦਾ ਆਪਣੇ ਤੇ ਪਤਾ ਹੁੰਦਾ ਮੱਛਰ ਹੀ ਲਾ ਲੈਣਾ ਹੈ ਨਾ ਇਹ ਜਣਾ ਉਧਰ ਬਾਈ ਚੰਨਾ ਯਾਰੀ ਹੈ ਵਾਹ ਪੇ ਕੱਲਾ ਹੀ ਆ ਝੋਟਾ ਉਹ ਚੰਦ ਹੈ ਔਰ ਫਿਰ ਯਾਹ ਵੀ ਸਾਰੇ ਚੰਦ ਯਾਰ ਆ ਬਾਈ ਦਿਖਾ ਸਾਰਿਆਂ ਨੂੰ ਯਾਰ ਕਿੱਥੇ ਕਰਨ ਆ ਫਿਰਦਿਆ ਝੋਟੇ ਮਤਲਬ ਇਹ ਆ ਮੇਰਾ ਛੋਟਾ ਭਾਈ ਇਹ ਮਤਲਬ ਮੇਰਾ ਭਰਾ ਵਾ ਆ ਗੁਲਾਮ ਬਾਈ ਦਾ ਭਤੀਜਾ ਵਾ ਠੀਕ ਆ ਔਰ ਇਹ ਗੁਲਾਮ ਬਾਈ ਦੀ ਦੁਕਾਨ ਤੇ ਉਹ ਸੌਰੀ ਸੌਰੀ ਕੋਈ ਕੋਈ ਨਹੀਂ ਬਾਈ ਕੋਈ ਮਤਲਬ ਜੌਬ ਕਰ ਰਿਹਾ ਵਾ ਬੰਦਾ ਮਤਲਬ ਸਾਰੇ ਉਹਨਾਂ ਦੇ ਖਾਨਦਾਨ ਦੇ ਬੰਦੇ ਆ ਔਰ ਮੇਨ ਗੱਲ ਇਹਨਾਂ ਦਾ ਬਹੁਤ ਆਪਾਂ ਕਦੇ ਦੇਣ ਨਹੀਂ ਦੇ ਸਕਦੇ ਉਹ ਕੋਟਲੀ ਵੀਰੇ ਨੂੰ ਮੈਂ ਸਾਰਾ ਹੀ ਦੱਸਿਆ ਹੋਇਆ ਮਤਲਬ ਗੁਲਾਮ ਬਾਈ ਜਿਹੜਾ ਹੈਗਾ ਨਾ ਇੱਥੇ ਮੌਲਾ ਪੱਕ ਕੇ ਬਹੁਤ ਬੜੇ ਬਾਰ ਬਾਰ ਹੈ ਠੀਕ ਆ ਜਿਵੇਂ ਮੂਰਾ ਪੱਕੇ ਕੇ ਪਿੰਡ ਚ ਨਾ ਚੱਲਦਾ ਆਪਾਂ ਕਹਿੰਦੇ ਆ ਇਹਦਾ ਸ਼ਹਿਰ ਚ ਉਵੇਂ ਚੱਲਦਾ ਬਾਕੀ ਭੋਜ ਦੇ ਵਿੱਚ ਕਦੇ ਪੁੱਛੋਗੇ ਤੇ ਬਾਕੀ ਇੱਕ ਗੱਲ ਆ ਯਾਰ ਜਿਸ ਤਰ੍ਹਾਂ ਪੱਕ ਕੇ ਸਾਡਾ ਭਾਈਚਾਰਾ ਹਨਾ ਪੰਜਾਬੀਆਂ ਦਾ ਤਾਂ ਆਪਾਂ ਕਹਿੰਦੇ ਸਾਡੇ ਮੁਸਲਮਾਨ ਭਰਾਵਾਂ ਦਾ ਜਿਹੜਾ ਭਾਈਚਾਰਾ ਹੈ ਨਾ ਉਹ ਕਾਇਮ ਹੈ ਅਸੀਂ ਐ ਨਹੀਂ ਕਹਿੰਦੇ ਕਿ ਜਿਵੇਂ ਮੰਨ ਲਓ ਇੱਕ ਦਿਲ ਧੜਕਦਾ ਹੁੰਦਾ ਨਾ ਸਾਡਾ ਤੇ ਦੂਜਿਆਂ ਨਾਲ ਥੋੜਾ ਡਿਫਰੈਂਟ ਆ ਵੱਖਰਾ ਕੰਮ ਆ ਜਿਵੇਂ ਨਾਰਮਲ ਨਾਲ ਚੱਲਦੇ ਆ ਚਾਹੇ ਜਿੱਥੇ ਵੀ ਜਾਂਦੇ ਆ ਚਾਹੇ ਆਪਾਂ ਦੁਬਈ ਜਾ ਵੜ ਗਏ ਚਾਹੇ ਗਲਫ ਜਾ ਵੜੇ ਜਿੱਥੇ ਵੀ ਜਾ ਵੜੇ ਚਾਹੇ ਇੰਡੀਆ ਵਿੱਚ ਹੋ ਤਾਂ ਫਿਰ ਹਮਾਰੇ ਬੰਦੇ ਇਹੋ ਦਿਲ ਹੈ ਉਹ ਮਿਲਦੇ ਰਹਿੰਦਾ ਨਾਲ ਦੀ ਨਾਲ ਚੱਲਦਾ ਰਹਿੰਦਾ ਬਾਕੀ ਇਹਨਾਂ ਦੀ ਖਾਤਰਦਾਰੀ ਦੇਖ ਕੇ ਦਿਲ ਗਦਗਦ ਹੋ ਗਿਆ ਕੀ ਕਹਿਣਾ ਚਾਹੁੰਦੇ सारे बर्तन निकाले वैसे ठीक है माला वैसे तीन 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 थाला च रोटी मतलब खा लेने मतलब सारे इत्थे बैठ के ना 24-25 जने ਤਿੰਨ ਥਾਲ ਹੁੰਦੇ ਵੱਡੇ 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 ਆ ਤਾਂ ਅੱਜ ਤੁਸੀਂ ਆਏ ਸੀ ਇਹਨਾਂ ਨੂੰ ਭਾਜਣਾ ਪੈ ਗਿਆ ਪੰਜਾਬ ਚੋਂ ਮਹਿਮਾਨ ਆਏ ਤੇ ਤਾਂ ਘਰੋਂ ਮਤਲਬ ਆਏ ਥਾਲੀਆਂ ਥੂਲੀਆਂ ਲੈ ਕੇ ਨਹੀਂ ਤਾਂ ਅਸੀਂ ਕੀ ਆ ਤਿੰਨ ਥਾਲੀਆਂ ਚ ਇੱਕ ਚ 10 ਜਣੇ ਬਹਿ ਗਏ ਇੱਕ ਚ 11-12 ਇੱਕ ਚ ਬਾਕੀ ਜੋ ਤਗੜਾ ਬਾਈ ਕਿੰਨਾ ਟਾਈਮ ਲੱਗਾ ਆਪਕੋ ਫਿਰ ਇਹ ਸਭ ਤਿਆਰ ਕਰਨੇ ਮੈਂ ਤਾਂ ਪਹਿਲੇ ਤਾਂ ਆਪਣੇ ਉਹ ਆਪਣੇ ਚੁਰਾ ਪੱਟਦੇ ਆ ਇਹਨਾਂ ਨੇ ਫਿਰ ਪੱਥਾਂ ਪੁੱਥਣਾ ਕਿੰਨਾ ਟਾਈਮ ਲੱਗਾ ਸਭ ਕੁਝ ਤਿਆਰ ਕਰਨ ਦੋ ਘੰਟੇ ਡੇਢ ਘੰਟੇ ਲੱਗੇ ਦੋ ਡੇਢ ਘੰਟੇ ਇਹ ਪਿਆਰ ਆ ਯਾਰ ਠੀਕ ਹੈ ਇਹ ਕਹੀਂ ਸੇ ਨਹੀਂ ਮਿਲ ਸਕਦਾ ਠੀਕ ਆ ਇਹ ਸਿਰਫ ਤਵੀ ਮਿਲਤਾ ਜਬ ਦਿਲ ਮਿਲੇ ਹੋਏ ਦੋ ਬੰਦੋ ਕੇ ਹਨਾ ਤਾਂ ਯਾਰ ਬੜਾ ਵਧੀਆ ਲੱਗਿਆ ਗੁਲਾਮ ਭਾਈ ਨੇ ਜਿਹੜਾ ਇਨਾ ਰਾਤ ਨੂੰ ਸਾਰੇ ਸਾਰਾ ਦਿਖਾਓ ਯਾਰ ਮੂੰਹ ਮੂੰਹ ਕੋਈ ਹਾਂ ਮੜਾ ਮੂਰੇ ਆਓ ਯਾਰ ਆਏ ਨਾ ਕਰੋ ਆ ਜਾ ਯਾਰ ਤੇ ਭਾਂਡੇ ਮਾਂਜੀ ਜਾਂਦੇ ਆ ਜੇ ਬੰਦੇ ਥੋੜਾ ਲਾਈਟ ਦੇ ਵਿੱਚ ਕਰਨੇ ਘੱਟੋ ਘੱਟ ਜਿਹੜਾ ਹੈਗਾ ਜਿਹੜਾ 15-20 ਜਾਣੇ ਆ ਇਸ ਵਕਤ ਸੋ ਸਾਰੇ ਦਾ ਬੜਾ ਚੰਗਾ ਲੱਗਿਆ ਯਾਰ ਆਪਾਂ ਅੱਗੇ ਵਾਕਈ ਆਪਾਂ ਅੱਗੇ ਜਿਹੜਾ ਹੈਗਾ ਪਿਆਰ ਹੈ ਉਹ ਬੰਦਿਆਂ ਦੇ ਵਿੱਚ ਇੱਕ ਜੋੜ ਕੇ ਰੱਖਦਾ ਸੋ ਆਣਾ ਬਾਈ ਸਭੀ ਜਾਣੇ ਪੰਜਾਬ ਹੈ ਤਾਂ ਪੱਕਾ ਆਣਾ ਪੱਕਾ ਉਹ ਠੀਕ ਆ ਪਰ ਜਿਹੜਾ ਮਿਲਿਆ ਯਾਰ ਤੋ ਬਾਕੀ ਇਹੀ ਕੰਮ ਆ ਜਿਹੜਾ ਰਹਿ ਜਾਣਾ ਬਾਕੀ ਤਾਂ ਪਤਾ ਨਹੀਂ ਕਿੱਧਰ ਆਪਣੇ ਆਵਾਜ਼ ਮਾਰ ਰਹੇ ਨੇ ਜਿੰਨਾ ਚਿਕ ਬੰਦਾ ਜਾਉਂਦਾ ਹੈ ਨਾ ਉਹਨਾਂ ਚ ਜਿਹੜਾ ਭਾਈਚਾਰਾ ਹੈਗਾ ਜਾਂ ਪਿਆਰ ਹੈ ਉਹੀ ਪਤਾ ਨਹੀਂ ਲਾਉਂਦਾ ਲੈ ਕੇ ਜਾਣਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜਾ ਹੈਗਾ ਕਰੋ ਸ਼ੇਅਰ ਦੱਬ ਕੇ ਫਿਰ ਮੈਂ ਤਾਂ ਕਿ ਪਤਾ ਲੱਗੇ ਯਾਰ ਬੰਦਿਆਂ ਨੇ ਸਾਡੇ ਨੇ ਕੀ ਕਮਾਇਆ ਠੀਕ ਹੈ ਇਕੱਲਾ ਬੰਦਾ 500 ਘਰ ਚ ਪਰ ਫਿਰ ਵੀ ਜਿਹੜਾ ਹੈਗਾ
ਯਾਰਗਾ ਕਮਾਂਗਾ ਬੰਦਾ ਨੇ ਇੱਜ਼ਤਾਂ ਕਮਾਂਗਾ ਉਹੀ ਹੁੰਦਾ ਜਦੋਂ ਮੰਨ ਲਾ ਇਹਨਾਂ ਦਾ ਮਹਿਮਾਨ ਇਹਨਾਂ ਸਭ ਕੋ ਲਗਾ ਕੇ ਹਮਾਰਾ ਮਹਿਮਾਨ ਹੈ ਨਾ ਮੇਰੇ ਤੋਂ ਵੱਧ ਇਹਨਾਂ ਨੂੰ ਟੈਨਸ਼ਨ ਸੀ ਬਾਈ ਮੈਂ ਤਾਂ ਤੁਹਾਡੇ ਸਾਹਮਣੇ ਹੀ ਆ ਤੁਹਾਨੂੰ ਲੈਣ ਗਿਆ ਹੋਇਆ ਸੀ ਆਹ ਵੇਖ ਲੋ ਕਿਵੇਂ ਤੁਹਾਡੇ ਬਗੈਰ ਇਹਨਾਂ ਨੇ ਰੋਟੀ ਵੀ ਨਹੀਂ ਖਾਧੀ ਸਹੀ ਗੱਲ ਆ ਬਾਈ ਯਾਰ ਬੰਦੇ ਆਏ ਹਨਾ ਬਹੁਤ ਹੈ ਕਮਾਈ ਐਕਸਪਲੇਨ ਨਹੀਂ ਹੋ ਸਕਦਾ ਸ਼ਾਇਦ ਸਾਨੂੰ ਵੀਡੀਓ ਨੇ ਵੀਡੀਓ ਚ ਬਣਾ ਸੀ ਦੱਸ ਨਹੀਂ ਸਕਦੇ ਜਿੰਨਾ ਆਪਣਾ ਦਿਲ ਭਰਿਆ ਹੈਗਾ ਯਾਰ ਬਾਕੀ ਪਰਮਾਤਮਾ ਇਹਨਾਂ ਨੂੰ ਤਰੱਕੀ ਬਖਸ਼ੇ ਜਿਹੜਾ ਹੈਗਾ ਚੜ੍ਹਦੀ ਕਲਾ ਚ ਰਹਿਣ ਸੋ ਬਾਈ ਬਹੁਤ ਬਹੁਤ ਧੰਨਵਾਦ ਸਰ